ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿੰਨੇ ਵੀ ਦੇਸ਼ ਵਿਦੇਸ਼ ਜਾਂ ਇੱਥੇ ਮੇਰੇ ਭੈਣ ਭਰਾ ਚੈਨਲ ਨੂੰ ਦੇਖ ਰਹੇ, ਪਿਆਰ ਦੇ ਰਹੇ, ਉਹਨਾਂ ਨੂੰ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਹੋਰ ਸੰਧੂ ਸਾਹਿਬ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਵੀ, ਹੋਰ ਠੀਕ ਠਾਕ ਵੀਰ ਜੀ? ਬਹੁਤ ਵਧੀਆ, ਬਹੁਤ ਵਧੀਆ ਜੀ। ਸੋ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 554 ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ, ਦੇਸ਼ ਵਿਦੇਸ਼ ਵਿੱਚ ਬੈਠੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਬਾਈ ਹਰਵੇਲ ਸਿੰਘ ਦੇ ਬਿਲਕੁਲ ਡੇਅਰੀ ਫਾਰਮ ਵੱਲੋਂ ਅਤੇ ਰਾਜ ਸੰਧੂ ਫਾਰਮਿੰਗ ਵੱਲੋਂ ਦੋਸਤੋ ਸਾਰਿਆਂ ਨੂੰ ਲੱਖ ਲੱਖ ਢੇਰ ਸਾਰੀਆਂ ਮੁਬਾਰਕਾਂ, ਵਧਾਈਆਂ ਹੋਣ। ਸੱਚੇ ਪਾਤਸ਼ਾਹ ਮਹਾਰਾਜ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ, ਦਿਨ ਦੁੱਗਣੀ ਰਾਤ ਚੌਗਣੀ ਸਾਰੀਆਂ ਸੰਗਤਾਂ ਜਿਹੜੀਆਂ ਦੋਸਤੋ ਤਰੱਕੀ ਕਰਦੀਆਂ ਰਹਿਣ। ਅਤੇ ਅੱਜ ਦੋਸਤੋ ਪਹੁੰਚਿਆ ਵੀਰ ਹਰਵੇਲ ਸਿੰਘ ਦੇ ਕੋਲ, ਅਤੇ ਪਸ਼ੂ ਅੱਜ ਆਪਾਂ ਤੁਹਾਨੂੰ 5 ਮੱਝਾਂ ਝੋਟੀਆਂ ਦਿਖਾਉਣੀਆਂ ਦੋਸਤੋ, ਅਤੇ 1 ਵੈੜ ਦਿਖਾਵਾਂਗੇ, 2 ਮੱਝਾਂ ਗੱਭਣ ਨੇ, ਬਾਕੀ 3 ਪਸ਼ੂ ਸੋਏ ਸੋਏ ਆ। ਅਤੇ ਗਾਂ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਸੂਈ ਆ ਜਾਂ ਗੱਭਣ ਆ, ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਵੀਰ ਹਰਵੇਲ ਤੋਂ ਲੈ ਲਾਂਗੇ। ਅੱਜ ਦੋਸਤੋ 27 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ, ਟਾਈਮ ਮੋਰਨਿੰਗ ਦਾ, ਸੁਬਾਹ ਦਾ ਟਾਈਮ ਆ ਦੋਸਤੋ, ਕੋਈ 9 ਵਜੇ ਦਾ ਸਮਾਂ। ਸੋ ਐਨੀਮਲ ਹਰ ਵਾਰ ਆਪਣੀ ਇੱਕ ਰਿਕੁਐਸਟ ਹੁੰਦੀ ਆ, ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ, ਘਰ ਆਣ ਕੇ 2 ਟਾਈਮ ਚੋਲੋ, 4 ਟਾਈਮ ਚੋਲੋ, ਠੀਕ ਆ ਜੀ? ਆਓ ਲੈਂਦੇ ਹਾਂ ਜਾਣਕਾਰੀ ਵੀਰ ਹਰਵੇਲ ਸਿੰਘ ਤੋਂ। ਹੋਰ ਬਾਈ ਹਰਵੇਲ ਸਿੰਘ ਠੀਕ ਠਾਕ? ਠੀਕ ਠਾਕ ਸਾਹਿਬ ਜੀ, ਬਹੁਤ ਵਧੀਆ। ਹੋਰ ਠੀਕ ਠਾਕ ਜੀ? ਬਹੁਤ ਵਧੀਆ, ਠੀਕ ਠਾਕ ਵੀਰੇ, ਬਹੁਤ ਵਧੀਆ ਗੱਲ ਆ। ਅੱਛਾ ਹਰਵੇਲ ਭਰਾ, ਅੱਜ ਪਸ਼ੂ ਆਪਣੇ ਕੋਲ ਟੋਟਲ ਵੈਸੇ 6 ਨਾਗ? 6 ਨਾਗ ਨੇ ਸੰਧੂ ਸਾਹਿਬ। ਹਾਂਜੀ, ਜਿਹਦੇ ਜੋ 3 ਮੱਝਾਂ ਗੱਭਣਾਂ ਨੇ ਜੀ, ਤਾਂ 2 ਸੂਈਆਂ ਨੇ ਤਾਂ 1 ਗਾਂ ਸੂਈ ਆ। ਅੱਛਾ ਜੀ। ਹਾਂਜੀ, ਅਤੇ ਅਲੱਗ ਅਲੱਗ ਆਪਾਂ ਜਿਹੜੇ ਮੱਝਾਂ ਤਿੱਪ ਕੇ ਦਿਖਾਵਾਂਗੇ, ਤਾਂ ਦੂਜਿਆਂ ਦੀ ਚੁਆਈ ਦਿਖਾਵਾਂਗੇ। ਚਲੋ ਜੀ, ਜ਼ਰੂਰ। ਹਾਂਜੀ, ਅਤੇ ਸ਼ੁਰੂਆਤ ਕਰਦੇ ਹਾਂ ਵੀਰ ਹਰਵੇਲ ਸਿੰਘ, ਪਹਿਲੇ ਨੰਬਰ 'ਤੇ ਗੱਭਣ ਮੱਝ ਸੰਧੂ ਸਾਹਿਬ, 3 ਸੂਏ ਮੱਝ ਨੇ ਸੂਣਾ ਵਾ। ਅੱਛਾ ਜੀ। ਤਾਂ ਸੰਧੂ ਸਾਹਿਬ ਚਲੋ, ਜਿਹਦੇ ਵੀ ਆਪਾਂ ਪਿਛੋਕੜ ਤੋਂ ਜਿਹਨਾਂ ਤੋਂ ਖਰੀਦੀ ਆ, ਵਾਹਿਗੁਰੂ ਦੀ ਮਿਹਰ ਨਾਲ ਘਰੇਲੂ ਸੇਵਾ 'ਤੇ ਇੱਕ ਜਿਵੇਂ ਆਪਾਂ ਇਹਦੀ ਗਰੰਟੀ ਦੇ ਸਕਦੇ ਹਾਂ ਫੁੱਲ, 14-15 ਲੀਟਰ ਦੀ ਜਿਹੜੀ ਨੋਰਮਲ ਚਵਾਈ ਘਰੇਲੂ ਸੇਵਾ 'ਤੇ, ਇੱਕ ਯਾਨੀ ਕਿ ਬਰੀਡਰ ਬੰਦਾ ਹੋਵੇ, ਤਾਂ ਜਿੱਦਾਂ ਗ੍ਰੇਡਡ ਮੱਝ ਆ, ਇਹਦੀ ਬਰੀਡ ਜਿਵੇਂ ਮਿਕਸ ਹੁੰਦਾ ਵਾ ਨੀਲੀ ਰਾਵੀ ਤੋਂ ਅਤੇ ਮੋਹਰਾ ਤੋਂ, ਠੀਕ ਆ, ਅਤੇ ਗ੍ਰੇਡਡ ਮੱਝ ਆ ਮਧਰੀ ਡੋਲੀ ਦੀ ਆ, ਚੰਗੇ ਲੇਵੇ ਦੀ ਆ, ਜਿਵੇਂ ਆਮ ਪੁਰਾਣੀਆਂ ਮੱਝਾਂ ਦੇ ਰਵੇ ਹੁੰਦੇ ਆ ਜਿਹੜੇ ਮੱਝ ਬੈਲਟ ਦੇ ਵਿੱਚੋਂ ਤਕਰੀਬਨ ਟਾਵੇਂ ਟਾਵੇਂ ਰਹਿ ਗਏ ਨੇ। ਸੋ ਗ੍ਰੇਡਡ ਵਿੱਚ ਦੋਸਤੋ ਆ ਜਾਂਦੀ ਹੈ ਜਿੱਦਾਂ ਮੱਥਾ ਬੱਲਾ, ਠੀਕ ਆ, ਪੂਛ ਵੀ ਵਾਈਟ ਹੈਗੀ ਆ, ਠੀਕ ਆ ਜੀ, ਅਤੇ ਨਾ ਮੋਹਰਾ ਅਤੇ ਨਾ ਹੀ ਨੀਲੀ ਰਾਵੀ ਦਾ ਵਿੱਚ ਵਿਚਾਲੇ ਵਾਲਾ, ਜਿਵੇਂ ਕਈ ਕ੍ਰੋਸ ਵੀ ਵੀਰ ਮੰਨ ਲੈਂਦੇ, ਕਈ ਗ੍ਰੇਡਡ ਆ, ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ, ਬਹੁਤ ਬੈਸਟ ਆਰਡਰ ਕੁਆਲਿਟੀ ਆ। ਸੋ ਜਿੱਦਾਂ ਕਿ ਬਾਈ ਹਰਵੇਲ ਨੇ ਜ਼ਿਕਰ ਕਰ ਦਿੱਤਾ ਵੀ ਘੱਟੋ ਘੱਟ 15-14 ਲੀਟਰ ਦੀ ਮਿਲਕ ਕਪੈਸਿਟੀ ਆ ਪਹਿਲੇ ਸੂਬਿਆਂ ਦੇ ਵਿੱਚ ਵੀ ਰਹੀ ਆ, ਅਤੇ ਇਸ ਵਾਰ ਵੀ ਕੋਈ ਵੀਰ ਚੰਗਾ ਬਰੀਡਰ ਵੀਰ ਜੇਕਰ ਕੋਈ ਲੈ ਕੇ ਜਾਂਦਾ ਹੈ ਜਾਂ ਚੰਗੀ ਸਾਂਭ ਸੰਭਾਲ ਵਾਲਾ ਵੀਰ ਫਾਰਮਰ ਅੱਗੇ ਲੈ ਕੇ ਜਾਂਦਾ, ਤਾਂ ਦੋਸਤੋ ਦੁੱਧ ਚਵਾਉਣਾ ਚਾਹੀਦਾ ਇਸ ਮੱਝ ਨੂੰ ਚੰਗਾ ਖਾਸਾ। ਸੋ ਬਾਕੀ ਨੋਰਮਲੀ ਅੱਡ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਜੀ। ਸੰਧੂ ਸਾਹਿਬ ਗੱਲ ਇੱਥੇ ਆ, ਹਾਂ, ਕਈ ਪਸ਼ੂ ਜਿਹੜੇ ਜਿਵੇਂ ਆਪਾਂ ਗੱਲ ਕਰ ਲਈਏ, ਕੋਈ ਅੱਧੋ ਅੱਧੀ ਪਸ਼ੂ ਜਿਹੜੇ ਆ ਸੂਣ ਤੋਂ 2-3 ਦਿਨ ਪਹਿਲਾਂ ਜਿਹੜਾ 4 ਦਿਨ ਪਹਿਲਾਂ ਜਿਵੇਂ ਘੱਟ ਕਰ ਦਿੰਦੇ ਖਾਣਾ ਪੀਣਾ, ਬਿਲਕੁਲ ਇੰਨੇ ਬਿਲਕੁਲ ਹੁਣ ਪੱਠੇ ਜਿਵੇਂ ਥੋੜ੍ਹੇ ਘੱਟ ਕੀਤੇ ਹੋਏ ਆ, ਇਸ ਕਰਕੇ ਵੱਖੀ ਵੁੱਖੀ ਨਹੀਂ ਚੱਕੀ, ਤਾਂ ਕਈ ਪਸ਼ੂ ਜਿਵੇਂ ਬੇਸਦਾ ਖਾਈ ਜਾਂਦੇ ਆ। ਤਾਂ ਅੱਛਾ ਹਰਵੀਰ ਭਾਈ, ਪਿਛੋਕੜ ਤਾਂ ਦੱਸਿਆ ਹੋਊਗਾ, ਪਿਛੋਕੜ ਸੰਧੂ ਸਾਹਿਬ ਮੈਂ ਤਾਂ ਵਾਹਿਗੁਰੂ ਮਤਲਬ ਜੋ ਵੀ ਮੈਨੂੰ ਰੱਬ ਨੇ ਜੱਜ ਕਰਨ ਨੂੰ, ਯਾਨੀ ਕਿ ਜਿੰਨਾ ਕੁ ਮੇਰਾ ਦਿਮਾਗ ਚੱਲਦਾ, ਸੰਧੂ ਸਾਹਿਬ ਬਰੀਡਰ ਬੰਦਾ ਹੋਵੇ ਜਾਂ ਚੰਗਾ ਸਾਂਭ ਸੰਭਾਲ ਬੰਦਾ ਹੋਵੇ, 17-18 ਲੀਟਰ ਮੱਝ ਨੂੰ ਦੁੱਧ ਚਵਾਉਣਾ ਚਾਹੀਦਾ, ਨਹੀਂ ਤਾਂ ਜਿਹੜਾ ਦੱਸਿਆ 13-14 ਤਾਂ ਹੈ ਹੀ ਹੈ। ਵਾਕੇ ਦੋਸਤੋ, ਬਾਕੀ ਨੋਰਮਲੀ
ਆ ਜਿਹੜਾ ਭਾਂਡਾ ਵੇਖ ਕੇ ਕੋਈ ਵੀਰ ਜੱਜ ਨਾ ਕਰ ਸਕਿਆ ਤੇ ਫਿਰ ਬਿਲਕੁਲ ਠੁਕਵਾਂ ਭਾਂਡਾ, ਕੋਈ ਲਿਫਾਫਾ ਚੱਡਾ ਨਹੀਂ ਇਹਦਾ, ਬਿਲਕੁਲ ਕੁਛ ਨਹੀਂ। ਸੋ ਵਾਟਰ ਦੀ ਕੁਆਲਿਟੀ ਚੰਗੀ ਹੈ ਦੋਸਤੋ। ਜਿਹੜੇ ਵੀਰ ਇਸ ਖਿੱਤੇ ਦੇ ਨਾਲ ਜੁੜੇ ਆ ਜਾਂ ਇਹ ਕੰਮ ਕਾਜ ਵਿੱਚ 24 ਘੰਟੇ, ਠੀਕ ਆ ਜੀ, ਉਹਨੂੰ ਨੋਰਮਲੀ ਪਤਾ ਲੱਗ ਜੂਗਾ ਵੀ ਇਹੋ ਜਿਹੇ ਪਸ਼ੂ ਦੋਸਤੋ ਕਿੰਨਾ ਕੁ ਦੁੱਧ ਪਾਉਣ ਵਾਲੇ ਆ, ਕਿੰਨਾ ਕੁ ਦੁੱਧ ਚਵਾ ਦੇਣਗੇ, ਠੀਕ ਆ। ਬਾਕੀ ਆਪਾਂ ਇਹਨੂੰ ਤਿੱਪ ਕੇ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਸੋ ਕਮਾਲ ਦੀ ਆਰਡਰ ਦੀ ਕੁਆਲਿਟੀ ਆ, ਠੀਕ ਆ ਜੀ। ਸੋ ਮੱਝ ਉੱਪਰੋਂ ਹਾਈਟ ਵਾਈਜ਼ ਵੀ ਚੰਗੀ ਆ, ਹਾਈਟ ਮੀਡੀਅਮ ਦੇ ਵਿੱਚ ਆ, ਠੀਕ ਆ ਜੀ, ਪਤਲੇ ਪਿੰਡੇ ਦੀ ਆ ਬਿਲਕੁਲ। ਬਾਕੀ ਤਿੱਪ ਕੇ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਦੀ ਆ। ਭਾਰੀ ਬਾਡੀ ਭਾਰੀ ਆ। ਆ ਜੀ ਆ, ਹਾਂ ਹਿੰਦੂ ਸਾਹਿਬ ਲਓ ਜੀ। ਸੋ ਦੋਸਤੋ ਬਿਲਕੁਲ ਅਗਲੇ ਦਿਨਾਂ ਦੀ ਵੇਖੋ ਜੀ ਤਬਾਈ, ਠੀਕ ਆ ਜੀ, ਬਹੁਤ ਵਧੀਆ ਹੁੰਦਾ। ਆਹ ਵੇਖੋ ਜੀ ਪਿਛਲੇ ਦਿਨਾਂ ਦੀ ਮਗਰਲੇ ਥਾਂ ਕਰੋ, ਠੀਕ ਆ। ਸੋ ਦੋਸਤੋ ਜਿਹੜੀ ਕ੍ਰਾਈਟੇਰੀਆ ਤਾਂ ਪੂਰਾ ਕਰ ਦਿੱਤਾ ਵੀਰ ਨੇ ਵੀ ਕੋਈ ਵੀਰ ਔਨਲਾਈਨ ਬਹੁਤ ਸੌਦਾ ਕਰਦੇ ਆ ਬਾਈ ਦੇ ਕੋਲ, ਸਿੱਧਾ ਮਾਲ ਲੈ ਜਾਂਦੇ ਆ ਔਨਲਾਈਨ ਜਿਹੜੇ ਮਾਲ, ਬਹੁਤ ਵਧੀਆ ਚਵਾਈ ਇੱਕ ਨੰਬਰ ਦੀ। ਅਤੇ ਉਹ ਵੀਰ ਤੁਸੀਂ ਬਿਲਕੁਲ ਤਿੱਪ ਕੇ ਤੁਹਾਨੂੰ ਦਿਖਾਤੀ ਆ, ਠੀਕ ਆ ਜੀ। ਅਤੇ ਇਸੇ ਤਰ੍ਹਾਂ ਤੁਸੀਂ ਆਣ ਕੇ ਵੀ ਆਪਦੀ ਪਰਫੋਰਮ ਕਰ ਸਕਦੇ ਜੇ, ਨਹੀਂ ਤਾਂ ਤੁਸੀਂ ਜਿਹੜਾ ਔਨਲਾਈਨ ਸੌਦਾ ਵੀ ਕਰ ਸਕਦੇ ਜੇ ਖਰਾ ਪਸੂਗਾ, ਬਾਕੀ ਕੋਈ ਵੀਰ ਆਪਦੀ ਆਣ ਕੇ ਤਸੱਲੀ ਵੀ ਕਰ ਲਏ, ਠੀਕ ਆ, ਲਿਓ ਜੀ। ਸੋ ਕਾਫੀ ਵਧੀਆ ਦੋਸਤੋ, ਪੂਰੀ ਗਰੰਟਡ ਜਿਹੜੀ ਆ ਤਸੱਲੀ ਬਖਸ਼ ਇਹ ਮੱਝ ਆ। ਅਤੇ ਹਰਵੇਲ ਵੀਰ ਕੀ ਮੁੱਲ ਕੀਤਾ ਇਸ ਮੱਝ ਦਾ? ਸੰਧੂ ਸਾਹਿਬ ਮੱਝ, ਚਲੋ ਜੇ ਤਾਂ ਸੂਈ ਸਵਾਈ ਵੇਚੀਏ ਤਾਂ ਸੰਧੂ ਸਾਹਿਬ 85 ਦੀ ਵੇਚ ਦਈਏ। ਇਸ ਟਾਈਮ ਜਿਹੜਾ ਸੰਧੂ ਸਾਹਿਬ ਇਹਦਾ 76,000 ਰੁਪਈਆ ਮੁੱਲ ਆ, ਉਹ 'ਚੋਂ ਵੀ ਆਪਾਂ ਬਸ ਥੋੜ੍ਹਾ ਬਹੁਤਾ ਜਿਵੇਂ ਛੋਟ ਛੱਪਾ ਹੀ ਕਰਾਂਗੇ, ਮਾਨਤਾ ਕਰਾਂਗੇ, ਤਾਂ ਕਿ ਸੰਧੂ ਸਾਹਿਬ ਪੰਡਾਂ ਦੀਆਂ ਪੰਡਾਂ ਪਾਊਗੀ, ਅਜੇ ਹੋਰ ਬਣੂਗੀ। ਲਓ ਵੀ ਦੋਸਤੋ, ਥੱਬਿਆਂ 'ਤੇ ਥੱਬੇ ਵਾਲੀ ਬੈਠੀ ਆ ਕਰਮਾਂ ਲਈ, ਠੀਕ ਆ। ਅਤੇ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਹਾਂ 76,000 ਵੀਰ? ਬਿਲਕੁਲ ਸੰਧੂ ਸਾਹਿਬ। ਅਤੇ ਹਰਵੇਲ ਭਾਈ ਚਲੋ ਜ਼ਿਆਦਾ ਵੀ ਨਹੀਂ ਆਪਾਂ ਕਹਿੰਦੇ, ਤਾਂ ਨੋਰਮਲ ਸੇਵਾ ਤਾਂ ਕੋਈ 12-13 ਲੀਟਰ ਵੀ ਚੋ ਸਕਦਾ। ਮੈਂ ਕਹਿੰਦਾ ਵੀ 14 ਤਾਂ ਚਵਾਊਗੀ ਚਵਾਊਗੀ, 12-13 ਤਾਂ ਚਲੋ ਹੈ ਹੀ ਹੈ, ਉਹ ਤਾਂ ਚਲੋ ਕਿਤੇ ਗਿਆ ਹੀ ਨਹੀਂ। ਬਿਲਕੁਲ ਬਿਲਕੁਲ। ਸੋ ਆਰਡਰ ਤੋਂ ਦੋਸਤੋ ਇੱਕ ਸਹੀ ਹੈ ਜੇ ਤੁਸੀਂ ਅੰਦਾਜ਼ਾ ਲਾ। ਦੇਖੋ ਸੰਧੂ ਸਾਹਿਬ, ਵੀ ਸ਼ੇਪ ਦੇ ਵਿੱਚ ਕਿੱਥੋਂ ਕਿਸ਼ਤੀ ਵਾਂਗੂ ਬਣ ਕੇ ਲੇਵਾ ਕਿੱਥੇ ਜਾ ਕੇ ਖਤਮ ਹੋ, ਠੀਕ ਆ ਜੀ, ਧੁੰਨ ਤੋਂ ਲੈ ਕੇ ਸਾਰ ਨਾਲ ਟੱਚ ਜਿਹੜਾ ਦੋਸਤੋ ਪੱਕਿਆ ਹੁੰਦਾ, ਠੀਕ ਆ। ਅਗਲੀ ਜਿਹੜੀ ਸੰਧੂ ਸਾਹਿਬ, ਇਹਨੇ ਸੂਨ ਦਾ ਕਰਕੇ ਜਿਵੇਂ ਥੋੜ੍ਹਾ ਘੱਟ ਖਾਂਦੇ ਹੀ ਆ, ਜਿਵੇਂ ਪਸ਼ੂ ਇਹਨੇ ਬੱਚਾ ਧਰਤਾ ਮਤਲਬ ਸੂਬੀ, ਉਸੇ ਟਾਈਮ ਮੱਝ ਨੇ ਜਿਹੜਾ ਚੁੱਕ ਜਾਣਾ ਸਰੀਰ ਪੂਰਾ। ਲਓ ਵੀ ਦੋਸਤੋ, ਅਗਲਾ ਨੈਕਸਟ ਜਿਹੜਾ ਪਸ਼ੂ ਤੁਹਾਨੂੰ ਉਹ ਦਿਖਾਉਂਦੇ ਹਾਂ, ਅਤੇ ਇਹ ਹਰਵੇਲ ਭਾਈ ਮੱਝ ਦਾ ਕੀ ਡਿਟੇਲ ਆ? ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਸੂਈ ਆ। ਅੱਛਾ ਜੀ, ਮਗਰ ਕੱਟਾ ਵਾ ਅਤੇ ਚੰਗੀ ਪੱਧਰ ਆ। ਅੱਛਾ ਜੀ, ਕਿੰਨੇ ਕੁ ਦਿਨਾਂ ਚੰਗੀ ਵੇਲ ਆ ਸੰਧੂ ਸਾਹਿਬ? ਅੱਜ 5 ਕੁ ਦਿਨ ਦੀ ਸੂਈ ਆ, ਬੋਲਾ ਹੀ ਬਣਦਾ ਹਜੇ, ਕੋਈ ਬੋਲਾ ਵੀ ਬਣਾ ਸਕਦਾ ਇਹਦਾ। ਬੋਲਾ ਹੈਗਾ 8-7 ਕਿਲੋ? ਬੋਲਾ ਸੰਧੂ ਸਾਹਿਬ ਕਰੀਬ 9 ਦੇ ਲਗਭਗ ਹੋਊਗਾ। ਠੀਕ ਆ ਜੀ, ਤਾਂ ਉਮੀਦ ਕਰਦੇ ਹਾਂ ਇਹਦੇ ਤੋਂ ਵੀ 12-13 ਦੀ, ਫਿਰ ਪੱਧਰ ਬਹੁਤ ਜ਼ਿਆਦਾ। ਲਓ ਵੀ ਦੋਸਤੋ, ਠੀਕ ਆ, ਬਿਲਕੁਲ ਘੋੜੀ ਵਾਂਗੂ ਚਾਲ ਆ ਇਹਦੀ। ਤਾਂ ਬਿਲਕੁਲ 5 ਕੁ ਦਿਨਾਂ ਦੀ ਸੂਈ ਆ, 9 ਕਿਲੋ ਵੈਸੇ ਤੁਸੀਂ ਮੰਨ ਸਕਦੇ ਜੇ ਬੋਲਾ, ਮਗਰ ਕੱਟਾ ਮੇਲ ਕਾਫ ਆ। ਬਾਕੀ ਥਣ ਭਾਂਡਾ ਜਿਹੜਾ ਇੱਕ ਵਾਰੀ ਤੁਹਾਨੂੰ ਥੋੜ੍ਹਾ ਨੇੜੇ ਤੋਂ ਵੀ ਦਿਖਾਵਾਂਗੇ। ਆਹ ਦੇਖੋ ਸੰਧੂ ਸਾਹਿਬ, ਪੁੱਠਾ ਬਹੁਤ ਜ਼ਿਆਦਾ ਵਧੀਆ, ਪੁੱਠਾ ਤਾਂ ਸੰਧੂ ਸਾਹਿਬ 2.5 ਫੁੱਟ ਦਾ ਹੀ ਹੋਣਾ। ਹਾਂ ਠੀਕ ਆ ਜੀ, ਸੋ ਚੌੜੇ ਪਿੱਠ ਪੁੜੇ ਦੀ ਆ, ਅਤੇ ਸਿੰਘ ਵੀ ਸੋਹਣਾ ਲੱਗਾ। ਸੋ ਵਾਟਰ ਦੀ ਕੁਆਲਿਟੀ ਚੰਗੀ, ਠੀਕ ਹੈ ਜੀ। ਸੋ ਵੱਡੇ ਹਵਾਨੇ ਦੇ ਵਿੱਚ ਆਣ ਵੀ ਪੂਰਾ ਮੁੱਠੀ ਵਾਲਾ, ਸਪੇਸ ਵੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ। ਪਿੱਛੇ ਉਹ ਬੱਚਾ ਦਿਖਾ ਦੇ ਤੁਹਾਨੂੰ,
ਲਓ ਜੀ ਬੱਚਾ ਮਗਰ, ਹਾਂਜੀ ਲਓ ਜੀ ਇਹ ਬੱਚਾ ਮਗਰ, ਠੀਕ ਆ। ਸੋ ਮੇਲ ਕਾਫ ਆ, ਠੀਕ ਆ ਜੀ, ਪੰਜਾਂ ਦਿਨਾਂ ਦਾ ਸੂਆ ਅਤੇ ਆਹ ਪੰਜਾਂ ਦਿਨਾਂ ਦੀ ਸੂਈ ਮਗਰ ਆ ਜਿਹੜਾ ਬੱਚਾ ਮੇਲ ਕਾਫ, ਠੀਕ ਆ। ਹਰਬੇਲ ਕੀ ਮੁੱਲ ਇਹਦਾ ਕਰਦੇ ਬਈ? ਮੁੱਲ ਸੰਧੂ ਸਾਹਿਬ ਇਹਦਾ 75,000 ਵਿੱਚੋਂ ਮਾਨ ਤਾਨ ਕਰਾਂਗੇ, 75,500 ਚੋਂ। ਬਾਕੀ ਚਵਾਈ ਆਪਾਂ ਦਿਖਾਵਾਂਗੇ, ਚਵਾ ਇੱਕ ਨੰਬਰ। ਲਓ ਜੀ ਠੀਕ ਆ, 75,500 ਦੇ ਵਿੱਚੋਂ ਦੋਸਤੋ ਮਾਨ ਤਾਨ ਹੋ ਜੂਗਾ, ਠੀਕ ਆ। ਸੋ ਇਹ ਜਿਹੜੀ ਮੱਝ ਆ ਦੂਜਾ ਸੂਆ ਸੂਈ, ਇਸ ਤੋਂ ਬਾਅਦ ਅਗਲੀ ਮੈਂ ਦਾ ਕੀ ਰਿਕਾਰਡ ਆ ਜੀ? ਸੰਧੂ ਸਾਹਿਬ ਇਹ ਮੋਹਰਾ ਦੇ ਵਿੱਚ ਆ, ਅੱਛਾ, ਤੀਜੇ ਸੂਏ ਝੋਟੀ ਨੇ ਸੂਣਾ ਵਾ। ਲਓ ਮੋਹਰਾ ਬਰੀਡ ਦੇ ਵਿੱਚ ਵੀਰ ਕਹਿੰਦਾ ਤੀਜਾ ਸੂਆ ਸੂਣਾ, ਤੀਜਾ ਸੂਆ ਸੂਣਾ ਵਾ, ਠੀਕ ਆ ਜੀ। ਬਾਕੀ ਆਪਣੀ ਸੰਧੂ ਸਾਹਿਬ ਦੀ ਥਣ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਰਹੂਗੀ, ਗੱਬਨ ਡੰਗਰ ਦੀ ਕੋਈ ਵੀ ਆ। ਅਤੇ ਆਪਾਂ ਇਹਨੂੰ ਵੀ ਦਿਖਾਵਾਂਗੇ, ਲੰਬਾਈ ਦੇ ਵਿੱਚ ਪੂਛ ਸਿੰਗਾ ਸੁੰਗਾ ਜੇ ਬੰਤਰ ਚੰਗੀ ਆ, ਥਣ ਚੱਲਾ ਚੰਗਾ ਸੰਧੂ ਸਾਹਿਬ, ਬਹੁਤ ਵਧੀਆ। ਕਵੀ ਨਾਲ ਥੋੜਾ ਜਿਹਾ ਪਸ਼ੂ ਦੋਸਤੋ ਉਪਰਾਪਣ ਕਰਦਾ, ਉਪਰਾਪਣ ਕਰਦੇ ਆ, ਪਹਿਲੀ ਵਾਰੀ ਘਰੋਂ ਜਿਹੜੇ ਪਸ਼ੂ ਨਿਕਲਦੇ ਆ, ਠੀਕ ਆ, ਉਹ ਕਿਤੇ ਨਾ ਕਿਤੇ ਥੋੜ੍ਹਾ ਭੱਜਦੇ ਨੱਠਦੇ ਜ਼ਰੂਰ ਆ। ਸੋ ਆਹ ਸੰਧੂ ਸਾਹਿਬ ਅਗਲੇ ਥਾਂ ਨਾ ਚੋਣ, ਸੰਧੂ ਸਾਹਿਬ ਇਹ ਵੀ ਬਹੁਤ ਵਧੀਆ। ਆਹ ਮਗਰਲੇ ਥਾਂ ਵੇਖੋ ਜੀ, ਚੋਣ ਪਸ਼ੂ ਸੰਧੂ ਸਾਹਿਬ ਮਹਾਰਾਜ ਵੱਲੋਂ, ਚਲੋ ਪੂਰਾ ਜੱਜ ਕਰਕੇ ਲਈਦਾ। ਲਓ ਵੀ ਠੀਕ ਆ, ਸੋ ਬਿਲਕੁਲ ਤਿੱਪਣੇ ਵੀ ਇੱਕ ਨੰਬਰ ਆ ਦੋਸਤੋ, ਚੌਂਥ ਨੰਬਰ। ਬਾਕੀ ਸੰਧੂ ਸਾਹਿਬ ਝੋਟੀ ਇਹ ਵੀ 11-12 ਲੀਟਰ 10 ਤੋਂ ਬਾਹਰ ਰਹੂਗੀ। ਓਕੇ, ਅਤੇ ਹਰਬੇਲ ਕੀ ਮੁੱਲ ਇਹਦਾ ਕਰਦੇ ਆ? ਮੁੱਲ ਸੰਧੂ ਸਾਹਿਬ ਇਹਦਾ 66,000 ਰੁਪਇਆ, ਉੱਚੋਂ ਮਾਨਤਾਨ ਆਪਾਂ ਜ਼ਰੂਰ ਕਰਾਂਗੇ, 66,000 ਦੇ ਵਿੱਚੋਂ। ਹਾਂਜੀ ਲਓ ਜੀ, 66,000 65 ਦੀ ਦੇ ਦਾਂਗੇ ਤੁਹਾਨੂੰ, ਠੀਕ ਆ। 65,000 ਦੀ 65 ਦੀ ਦੇ ਲਿਆ ਕਰ ਦਾਂਗੇ, ਠੀਕ ਆ ਜੀ, 65,000 ਦੀ ਹੋ ਜੂਗੀ। ਬਾਕੀ ਸੰਧੂ ਸਾਹਿਬ ਝੋਟੀ 'ਚ ਕੋਈ ਸ਼ੱਕ ਨਹੀਂ, ਅਤੇ ਬਿਲਕੁਲ ਤਾਜ਼ੀ ਸੂਣ ਵਾਲੀ ਆ, ਤਿਆਰੀ ਆ, ਥੋੜ੍ਹੇ ਦਿਨਾਂ ਤੱਕ ਸੁੱਕੂਗੀ, ਠੀਕ ਆ। ਇਹ ਸੰਧੂ ਸਾਹਿਬ ਦੂਜੇ ਸੂਏ ਝੋਟੀ ਨੇ ਸੂਣਾ, ਅੱਛਾ ਜੀ। ਇਹਨੂੰ ਸੰਧੂ ਸਾਹਿਬ ਢਾਲ ਤਲਵਾਰ ਕਹਿੰਦੇ ਆ, ਇੱਕ ਤਾਂ ਨੂੰ, ਮਤਲਬ ਸੰਧੂ ਸਾਹਿਬ ਜਿਹੜੇ ਮੀਨੀ ਹੁੰਦੀ ਆ ਉਹ ਹਿਲਦੀ ਹੁੰਦੀ ਆ, ਢੇਲੀ ਹੁੰਦੀ ਆ, ਉਹ ਹੁੰਦੇ ਠਾਂ ਨੂੰ ਪਰ ਫਿਕਸ ਹੁੰਦੇ ਆ। ਇਹ ਢਾਲ ਤਲਵਾਰ ਆ, ਜਿਸ ਤਰ੍ਹਾਂ ਢਾਲ ਸੰਧੂ ਸਾਹਿਬ ਦੇਖੀ ਕਦੀ? ਗੋਲ ਹੁੰਦੀ, ਜਿਵੇਂ ਪੁਰਾਣੇ ਜ਼ਮਾਨੇ 'ਚ ਲੜਾਈਆਂ ਲੜਦੇ ਸੀਗੇ ਤਾਂ ਉਹ ਇੱਕ ਥਾਲ ਵਾਂਗੂ ਹੁੰਦੀ, ਪਰਾਤ ਵਾਂਗੂ ਹੁੰਦੀ ਆ ਗੋਲ, ਬਿਲਕੁਲ, ਜਦੋਂ ਤਲਵਾਰ ਆਉਂਦੀ ਉਹਦੇ ਨਾਲ ਰੋਕਦੇ ਸੀ, ਹੈਨਾ, ਉਹ ਚੀਜ਼ ਆ। ਇਹ ਤਲਵਾਰ ਦੀ ਸ਼ੇਪ ਅਤੇ ਇਹ ਢਾਲ ਵਾਂਗੂ, ਢਾਲ ਤਲਵਾਰ, ਠੀਕ ਆ, ਠੀਕ ਆ, ਠੀਕ ਆ। ਲਓ ਵੀ ਦੋਸਤੋ, ਠੀਕ ਆ, ਢਾਲ ਤਲਵਾਰੀ ਜਿਹੜੀ ਆ ਵੀਰ ਨੇ ਸਮਝਾ ਤਾ ਤੁਹਾਨੂੰ, ਅਤੇ ਬਾਕੀ ਆਹ ਤੁਸੀਂ ਵੇਖ ਲਓ, ਠੀਕ ਆ। ਇਹ ਕੱਪਣੇ ਤਾਂ ਦਿਨ ਕਿੰਨੇ ਕੁ ਲੈ ਜੂਗਾ? ਕੱਢ ਜੂ ਦੋ ਝੋਟੀ ਕੱਢਦੀ ਆ, ਤਿਆਰੀ ਹੈ, ਪਰ ਇਹਦਾ ਰਿਕਾਰਡ ਚੰਗਾ ਦੁੱਧ ਦਾ ਝੋਟੀ ਦਾ। ਪਹਿਲੇ ਸੂਏ 11-12 ਲੀਟਰ ਦਾ ਸੀ, ਅੱਛਾ, ਤਾਂ ਉਮੀਦ ਕਰਦੇ ਹਾਂ ਵੀ ਐਤਕੀ ਵੀ ਝੋਟੀ ਖਰੀ ਨਿਕਲੂਗੀ, ਠੀਕ ਆ। ਬਾਕੀ ਠੰਡੀ ਠੁੰਡੀ ਬਹੁਤ ਜ਼ਿਆਦਾ, ਬਾਕੀ ਦੋਸਤੋ ਹੈ ਪ੍ਰੋਪਰ ਪੂਰੀ ਤਿਆਰੀ 'ਤੇ ਆ, ਕੋਈ ਸਫ਼ਰ 'ਚ ਜਾਂਦਿਆਂ ਪਸ਼ੂ ਸੂ ਸਕਦਾ, ਵੈਸੇ ਵੀ ਇੱਕ ਦਾ ਦਿਨ ਕੱਢ ਵੀ ਸਕਦੀ ਹੈ, ਠੀਕ ਹੈ, ਦੋ ਦਿਨ ਜਿਹੜੇ ਆ ਕੱਢ ਜੂਗੀ, ਠੀਕ ਆ। ਅਤੇ ਦੂਜਾ ਸੂਆ ਝੋਟੀ ਨੇ ਸੂਣਾ, ਤਾਂ ਪਹਿਲੇ ਸੂਏ ਵੀਰ ਨੇ ਦੱਸ ਹੀ ਦਿੱਤਾ ਵੀ 11 ਲੀਟਰ ਦੀ, ਅੱਗੋਂ ਪੁੱਛਿਆ ਦੱਸਿਆ ਜਿੱਥੋਂ ਵੀ 11 ਲੀਟਰ ਦੀ ਚਵਾਈ ਕਰਾਈ ਇਹਨੇ।
ਲਓ ਜੀ, ਠੀਕ ਹੈ। ਲਿਆਓ ਜੀ। ਸੋ ਇਹ ਵੀ ਦੋਸਤੋ ਬਿਲਕੁਲ ਤਿਪ ਕੇ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਹਾਂ ਅਗਲੇ ਥਾਂ ਦੀ ਜਿਹੜੀ ਸੰਧੂ ਸਾਹਿਬ ਸ਼ਹਿਦ ਹੀ ਆਉਂਦਾ, ਝੋਟੀ ਟਾਈਮ ਲਿਜਾ ਸਕਦੀ ਹੈ। ਆ ਦੇਖੋ, ਬਿਲਕੁਲ ਅਜੇ ਸ਼ਾਇਦ ਆ, ਅਜੇ ਬੋਲਾ ਨਹੀਂ ਬੰਨਿਆ ਝੋਟੀ ਨੇ। ਚੰਗੀ ਆ, ਲਿਆਓ ਜੀ। ਠੀਕ ਆ, ਅੱਛਾ ਰਵੇਲ ਭਾਈ, ਝੋਟੀ ਚਲੋ ਚੰਗੀ ਆ, ਕਿੰਨਾ ਮੁੱਲ ਇਹਦਾ? ਸੰਧੂ ਸਾਹਿਬ ਇਹਦਾ 63,000 ਰੁਪਇਆ ਮਾਨਤਾਨ ਕਰਾਂਗੇ। 63,500? ਬਿਲਕੁਲ ਜੀ। ਲਓ ਜੀ, 63,500 ਦੀ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ, ਠੀਕ ਆ। ਅਤੇ ਦੂਜਾ ਸੂਆ ਇਹ ਝੋਟੀ ਨੇ ਜਿਹੜਾ ਸੂਣਾ, ਠੀਕ ਆ। ਇਸ ਤੋਂ ਬਾਅਦ ਅੱਗੇ ਆਪਣੇ ਕੋਲ ਪਸ਼ੂ ਇੱਕ, ਸੰਧੂ ਸਾਹਿਬ ਮੱਝ ਆ, ਹੋਰ ਉਹ ਵੀ ਦਿਖਾ ਦਿੰਦੇ, ਇੱਕ ਗਾਂ ਵਾ। ਠੀਕ ਆ ਜੀ, ਠੀਕ, ਆ ਜਾਓ ਜੀ। ਲਿਆ ਮੱਝ ਲਾ ਕੇ ਲਿਆ। ਲਓ ਵੀ ਦੋਸਤੋ, ਇੱਕ ਬਿਲਕੁਲ ਲਾਸਟ ਵਿੱਚ ਤੁਹਾਨੂੰ ਆਪਾਂ ਇਹ ਜਿਹੜੀ ਮੱਝ ਦਿਖਾਉਣੀ ਹੈ, ਬਿਲਕੁਲ ਤਾਜ਼ੀ ਸੂਈ ਸਵਾਈ ਹੈ। ਵੀਰ ਤੋਂ ਪੁੱਛ ਲੈਂਦੇ ਹਾਂ ਟਾਈਮ ਕਿੰਨਾ ਹੋ ਗਿਆ ਵੈਸੇ, ਠੀਕ ਆ। ਹਰਵੇਲ, ਕਿੰਨੇ ਕੁ ਦਿਨਾਂ ਦੀ ਸੂਈ ਹੈ ਮੱਝ? ਸੰਧੂ ਸਾਹਿਬ ਅੱਜ ਕਰੀਬ 9-10 ਦਿਨ ਦੀ ਸੂਈ ਆ। ਅੱਛਾ, 7 ਲੀਟਰ ਇਹਦੇ ਥੱਲੇ ਦੁੱਧ ਆ, ਤੀਜੇ ਸੂਏ ਚੱਲਣ ਦੀ ਆ। ਠੀਕ ਆ, ਅਤੇ ਚੁਹਾ ਚੂ ਬਹੁਤ ਵਧੀਆ। ਠੀਕ ਆ ਜੀ, ਅਤੇ ਪਿੱਛੇ ਕੱਟਾ ਵਾ, ਮਗਰ ਕੱਟਾ। ਹਾਂਜੀ। ਸੋ ਦੋਸਤੋ, ਬਿਲਕੁਲ ਮਗਰ ਕੱਟਾ, 9-10 ਕੁ ਦਿਨਾਂ ਦੇ ਇਰਗਿਰਡ ਸੂਈ ਆ, ਅਤੇ ਮਗਰ ਕੱਟਾ ਮੇਲ ਕਾਫ ਆ, ਠੀਕ ਆ। ਹਰਵੇਲ, ਸੂਆ ਤੀਜਾ ਦੱਸਦਾ? ਤੀਜਾ ਸੂਆ 7-7.5 ਲੀਟਰ ਹੁਣ ਇਹਦੇ ਥੱਲੇ ਦੁੱਧ ਆ। 7-7.5 ਲੀਟਰ, 7.5 ਲੀਟਰ ਜਿਹੜਾ ਦੋਸਤੋ ਬਿਲਕੁਲ ਦੁੱਧ ਇਹਦੇ ਥੱਲੇ ਆ। ਅਤੇ ਚਵਾਈ ਚਵੂਈ ਦੀ ਕਿੱਦਾਂ ਵੀਰ? ਚਵਾਈ ਸੰਧੂ ਸਾਹਿਬ ਭਾਵੇਂ ਕੋਈ ਹੱਥ ਨਾ ਲਾਵੇ, ਫੁੱਲ ਗਰੰਟੀ 'ਤੇ ਆਪਾਂ ਮੱਝ ਦੇ ਦਾਂਗੇ। ਅੱਛਾ ਜੀ, ਇੰਨੀ ਚੋਣ ਵਧੀਆ ਹੋਊਗਾ? 7-7.5 ਲੀਟਰ? ਹਾਂ, 7-7.5 ਲੀਟਰ ਆ ਸੰਧੂ ਸਾਹਿਬ, ਬਾਕੀ ਤਾਜ਼ੀ ਹੈ ਜੀ। ਲਓ ਜੀ, ਬਾਕੀ ਸੰਧੂ ਸਾਹਿਬ ਰੇਟ ਬੜਾ ਜਾਇਜ਼ ਇਹਦਾ। ਲਓ ਵੀ ਭਰਾਵੋ, ਠੀਕ ਆ। ਸੋ ਮਗਰ ਮੇਲ ਕਾਫ ਆ, ਮਗਰ ਕੱਟਾ, ਠੀਕ ਆ। ਆ ਤੋਰ ਲਗੇ ਜੀ, ਲਓ ਵੀ ਦੋਸਤੋ, ਠੀਕ ਆ। ਸੋ ਇਹ 5 ਜਿਹੜੀਆਂ ਦੋਸਤੋ ਮੱਝਾਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ, ਅਤੇ ਜਿਨ੍ਹਾਂ ਦੇ ਵਿੱਚ ਗੱਬਣ ਵੀ ਆ, ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਵੀ ਆ। ਸੋ ਰੇਟ ਪੜਤਾ ਬਿਲਕੁਲ ਇਕੱਲੇ ਇਕੱਲੇ ਪਸ਼ੂ ਦਾ ਤੁਹਾਨੂੰ ਦੱਸਤਾ। ਸੋ ਇਸ ਮੱਝ 'ਤੇ ਆਪਾਂ ਗੱਲਬਾਤ ਕਰ ਲੈਂਦੇ ਹਾਂ ਵੀਰ ਦੇ ਨਾਲ, ਪੁੱਛ ਲੈਂਦੇ ਹਾਂ ਕੀ ਮੰਗ ਹੈਗੀ ਆ, ਅਤੇ ਹਰ ਵੇਲੇ ਕਿੱਥੋਂ ਕੁ ਤੱਕ ਲੈਂਦੇ ਨੇ? ਸੰਧੂ ਸਾਹਿਬ ਇਹਦਾ ਰੇਟ 53,500 ਉੱਚੋਂ ਵੀ ਮਾਨਤਾਨ ਕਰਾਂਗੇ। 53,500 ਭਾਰੀ ਬੋਡੀ ਦੇ ਵਿੱਚ ਆ, ਚੰਗੀ ਹੈਵੀ ਆ। ਲਓ ਵੀ, ਠੀਕ ਆ। ਸੋ ਪੂਰੇ ਵਜਨ ਵੱਟੇ ਵਾਲੀ ਆ, ਆਹ ਦੇਖ ਲਓ ਜੀ, 53,500 ਦੀ, 7.5 ਕਿਲੋ ਦੁੱਧ ਹਾਜ਼ਰ ਆ। ਕੋਈ ਵੀਰ ਆਣ ਕੇ ਆਪਦੀ ਤਸੱਲੀ ਕਰ ਲਏ, ਚਵਾਈ ਕਰ ਲਏ, ਠੀਕ ਆ। ਸੋ ਠੀਕ ਆ ਹਰਵੇਲ ਭਾਈ, ਇੱਕ ਅਖੀਰ ਦੇ ਵਿੱਚ ਆਪਣੇ ਕੋਲ ਜਿਹੜੀ ਇਹ ਵੈੜ ਪਕਾਊ ਆ, ਇਹ ਸੰਧੂ ਸਾਹਿਬ ਸ਼ਾਹੀਵਾਲ ਆ, ਪਰ ਹੈ ਸ਼ਾਹੀਵਾਲ ਠੰਡੀ ਮੱਝਾਂ ਵਰਗੀ, ਬਹੁਤ ਚੰਗੀ ਬੱਛੀ ਆ, ਬਿਲਕੁਲ ਲਹੂ ਪੇਤ ਵਾਲੀ ਆ, ਗੁੰਦਵਾਂ ਸਰੀਰ ਆ ਬਿਲਕੁਲ। ਤਾਂ ਸੂਈ ਨੂੰ ਕਰੀਬ 1.5 ਤੋਂ 2.5 ਮਹੀਨੇ ਹੋ ਗਏ ਇਹਨੂੰ। ਆਹ ਬੱਚਾ ਮਗਰ ਦਾ? ਬੱਚਾ ਮਗਰ, ਹਾਂਜੀ। ਲਓ ਜੀ, ਬੱਚਾ ਤੁਸੀਂ ਵੇਖ ਲਓ ਦੋਸਤੋ, 2 ਕੁ ਮਹੀਨੇ ਦੇ ਲਗਭਗ ਜਿਹੜਾ ਸਮਾਂ ਹੋ ਗਿਆ ਸੂਈ ਨੂੰ, ਠੀਕ ਆ ਜੀ। ਅਤੇ ਇਹ ਜਿਹੜੀ ਵੈਰ ਤੁਸੀਂ ਵੇਖ ਰਹੇ ਬਿਲਕੁਲ ਕਰੋਸ ਪੰਡ ਦੇ ਵਿੱਚ, ਸ਼ਾਹੀਵਾਲ ਕਰੋਸ ਦੇ ਵਿੱਚ ਆ, ਠੀਕ ਆ। ਅਤੇ ਦੁੱਧ ਹੁਣ ਕਿੰਨਾ ਕੁ ਵੇਲੇ ਤੁਸੀਂ? ਸੰਧੂ ਸਾਹਿਬ ਇਹਦੀ ਜਿਹੜੀ ਫੈਟ ਆ ਮੱਝਾਂ ਵਰਗੀ, ਆਹ ਬਿਲਕੁਲ ਇਹ ਗਾਂ ਨਹੀਂ ਹੈ, ਮੱਝ ਹੀ ਆ। ਦੁੱਧ ਅੰਦਾਜ਼ਾ ਇਹਦੇ ਥੱਲੇ 7-8 ਲੀਟਰ ਹੋਊਗਾ ਹੁਣ, ਬਾਕੀ ਆਪਾਂ ਚਵਾਈ ਕਰਾ ਦਿੰਦੇ ਹਾਂ। ਫਿਰ ਇਹਨੂੰ ਕੋਈ ਜੂੜ ਦੀ ਜ਼ਰੂਰਤ ਨਹੀਂ, ਪੌਣਾ ਪਾ ਲਓ, ਕੋਈ ਪਾੜੇ ਵੰਡੇ ਦੀ ਨਹੀਂ, ਬਹੁਤ ਵਧੀਆ। ਲਓ ਜੀ, ਸੋ ਕੱਦ ਕਾਟ ਦੀ ਜਿਹੜੀ ਦੋਸਤੋ ਦਰਮਿਆਨੇ ਕੱਦ ਕਾਟ ਦੇ ਵਿੱਚ ਆ, ਕੋਈ ਵੀਰ ਦੂਰੋਂ ਨੇੜਿਓਂ ਤੁਸੀਂ ਆਉਣਾ
ਦਰਮਿਆਨੇ ਕੱਦ ਕੱਟ ਦੇ ਵਿੱਚ ਆ, ਵੈੜ ਚੰਗੀ ਆ, ਕਿੰਨਾ 7-8 ਲੀਟਰ? ਹਾਂ 7 ਕੁ ਲੀਟਰ, 7.5 ਹੋਊਗਾ ਹੁਣ, 7-7.5 ਲੀਟਰ। ਬਾਕੀ ਸਾਨੂੰ ਤਾਂ ਫੀਡ ਫਾਟ ਪੈ ਗਈ ਤਾਂ ਵੱਧ ਸਕਦੀ ਆ। ਹਾਂ ਬਿਲਕੁਲ ਬਿਲਕੁਲ। ਬਾਕੀ ਸਾਨੂੰ ਤਾਂ ਮੱਝ ਵਾਲਾ ਦੁੱਧ ਇੰਨਾ ਬਹੁਤ ਆ, ਬਾਕੀ ਰੇਟ ਬਹੁਤ ਜਾਇਜ਼ ਆ। ਲਓ ਜੀ, ਰੇਟ ਬੜਾ ਜਾਇਜ਼ ਆ ਦੋਸਤੋ, ਬਿਲਕੁਲ ਵਾਜਬ ਜਾਇਜ਼ ਰੇਟ ਹੋਊਗਾ। ਜਿਹੜੇ ਵੀਰ ਨੇ ਬਿਲਕੁਲ ਗਰਜ ਪੂਰੀ ਕਰਨੀ ਆ, ਠੀਕ ਹੈ ਜੀ, ਸੋ 7-7.5 ਲੀਟਰ ਦੁੱਧ ਵੀ ਤਾਂ ਥੱਲੇ ਹੈਗਾ। ਅੱਗੇ ਨੋਰਮਲ ਬਿਲਕੁਲ ਟਿਕਾ ਕੇ ਸੇਵਾ ਕੋਈ ਵੀਰ ਕਰੂਗਾ, ਕੋਈ ਆਪਦਾ ਦੁੱਧ ਵਧਾ ਵੀ ਸਕਦੇ ਆ ਦੋਸਤੋ, ਚੰਗੀ ਸੇਵਾ ਤਾਂ ਆਪਾਂ ਨੂੰ ਉਮੀਦ ਹੁੰਦੀ, ਦੁੱਧ ਵੱਧ ਵੀ ਜਾਂਦਾ, ਬਾਕੀ ਸਾਫ਼ ਸੁਥਰੀ ਆ ਸੰਧੂ ਸਾਹਿਬ। ਹਾਂ ਦੇਖ, ਅਤੇ ਕਿੰਨਾ ਮੁੱਲ ਹੋਰ ਵੇਲ ਲੈਣ? ਸੰਧੂ ਸਾਹਿਬ ਇਹਦਾ 2.5 ਹਜ਼ਾਰ ਲੈ ਦੇ। ਅੱਛਾ ਜੀ, ਠੀਕ ਆ, 2.5 ਹਜ਼ਾਰ। ਬਾਕੀ ਚਵਾਈ ਆਪਾਂ ਇਹਦੀ ਦਿਖਾ ਦਿੰਦੇ, ਠੀਕ ਆ। ਸੋ ਇਹ ਪਸ਼ੂ ਆ ਜਿਹੜੇ ਦੋਸਤੋ ਅੱਜ ਫਿਲਹਾਲ ਵੀਰ ਹਰਵੇਲ ਸਿੰਘ ਦੇ ਕੋਲ ਸੀਗੇ, ਅਤੇ ਨਾ ਕਿ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ, ਅਤੇ ਨੰਬਰ ਬੋਲ ਦਈਏ ਜੀ, 9903-8902-6825। ਠੀਕ ਹੈ। ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਕੀ ਕਹਿੰਦਾ ਜੀ।